ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ ਜੀ? ਲਓ ਜੀ, ਅੱਜ ਮੰਜੇ ਬਿਸਤਰੇ ਦਾ ਟਾਈਟਲ ਟਰੈਕ ਰਿਲੀਜ਼ ਹੋ ਰਿਹਾ ਜੀ, ਅਤੇ ਕਿਸੇ ਵੀ ਟਾਈਮ ਗਾਣਾ ਰਿਲੀਜ਼ ਹੋ ਜੂਗਾ। ਮੈਨੂੰ ਇੱਕ ਸੈਕਿੰਡ ਦੇਖ ਲੈਣ ਦਿਓ, ਤੁਹਾਡੇ ਮੈਸੇਜ ਨਹੀਂ ਸੀ ਦਿਖ ਰਹੇ, ਹੁਣ ਦਿਖ ਰਹੇ ਨੇ। ਕਿਸੇ ਵੀ ਟਾਈਮ ਗਾਣਾ ਰਿਲੀਜ਼ ਹੋ ਜੂਗਾ ਜੀ, ਸੋ ਅੱਜ ਤੋਂ ਸ਼ੁਰੂ ਹੋ ਜਾਣਾ ਕੰਮ ਮੰਜੇ ਬਿਸਤਰੇ ਦਾ ਜੀ। ਟਾਟਾ, ਥੈਂਕ ਯੂ ਜੀ, ਥੈਂਕ ਯੂ ਜੀ। ਹੈਲੋ ਜੀ, ਹੈਲੋ ਜੀ, ਹੈਲੋ ਸਾਰਿਆਂ ਨੂੰ। ਅਮਨ ਮਹਿਤਾ ਜੀ, ਲਵ ਯੂ ਉਸਤਾਦ ਜੀ। ਇਹ ਮੁੰਡਾ ਆ ਕੇ ਗਿਆ ਸੀਗਾ, ਮੈਨੂੰ ਮਿਲ ਕੇ ਵੀ ਗਿਆ ਵਾ ਅਮਨ। ਸੋ ਅਮਨ, ਥੈਂਕ ਯੂ ਸੋ ਮੱਚ, ਤੁਸੀਂ ਇੰਨੀ ਸਪੋਰਟ ਕਰਦੇ ਹੋ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਭਾਟੀਆ ਸਾਹਿਬ, ਚੌਧਰੀ ਜੀ, ਪੈਰੀ ਗਰੇਵਾਲ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਲਵ ਯੂ ਟੂ ਜੀ ਸਾਰਿਆਂ ਨੂੰ, ਸਾਰਿਆਂ ਦੇ ਮੈਸੇਜ ਆ ਰਹੇ ਨੇ। ਸੁਮਿਤ ਜੀ, ਕਿੱਦਾਂ ਜੀ? ਠੀਕ ਠਾਕ ਆ। ਸੋ ਅੱਜ ਮੰਜੇ ਬਿਸਤਰੇ ਦਾ ਟਾਈਟਲ ਟਰੈਕ ਰਿਲੀਜ਼ ਹੋ ਰਿਹਾ ਜੀ। ਸੋ ਗਾਣਾ ਨਹੀਂ ਹੈ, ਬੇਸਿਕਲੀ ਮਾਹੌਲ ਹੈ, ਮਾਹੌਲ ਹੈ ਸਾਡੀ ਫਿਲਮ ਦਾ, ਕਿ ਫਿਲਮ ਕਿੱਦਾਂ ਦੀ ਹੋਏਗੀ, ਕਿੰਨਾ ਰੌਣਕ ਮੇਲਾ ਹੋਏਗਾ। ਸੋ ਇੰਜੋਏ ਕਰੋਗੇ ਤੁਸੀਂ, ਔਰ ਖੜਕੂਗਾ ਤੁਹਾਡੀਆਂ ਗੱਡੀਆਂ ਦੇ ਵਿੱਚ, ਤੁਹਾਡੇ ਡੀਜਿਆਂ ਦੇ ਉੱਤੇ, ਤੁਹਾਡੇ ਘਰਾਂ 'ਚ ਉਹ ਗਾਣਾ, ਕਿਉਂਕਿ ਕਲਚਰ ਨਾਲ ਰਿਲੇਟਡ ਇਹ ਜੀ ਚੀਜ਼ਾਂ, ਗੱਲਾਂ ਬਾਤਾਂ, ਸੋ ਮਾਹੌਲ ਦੀਆਂ ਗੱਲਾਂ ਬਾਤਾਂ ਨੇ, ਅਤੇ ਉਮੀਦ ਆ ਤੁਹਾਨੂੰ ਵਧੀਆ ਲੱਗੂ। ਪਹਿਲੀ ਫਿਲਮ ਨੂੰ ਤੁਸੀਂ ਬੜਾ ਪਿਆਰ ਦਿੱਤਾ ਜੀ, ਮੰਜੇ ਬਿਸਤਰੇ ਨੂੰ, ਔਰ ਇਹਨੂੰ ਮੈਨੂੰ ਲੱਗਦਾ ਕਿ ਉਸ ਤੋਂ ਜ਼ਿਆਦਾ ਹੀ ਪਿਆਰ ਦਊਂਗੇ, ਕਿਉਂਕਿ ਜਿੰਨੀਆਂ ਅਸੀਂ ਐਫਰਟਾਂ ਕੀਤੀਆਂ, ਕੋਸ਼ਿਸ਼ਾਂ ਕੀਤੀਆਂ, ਇਸ ਦੇ ਵਿੱਚ ਬੰਬ ਕੱਢੇ ਨੇ ਬੰਬ। ਸੋ ਮੰਜੇ ਬਿਸਤਰੇ ਹਟਿਆ, ਅਸ਼ਾ ਵਸ਼ੇ ਨੇਰੇ ਸ਼ਰਮਾ ਜੀ, ਬੈਸਟ ਆਫ ਲੱਕ ਮੁਹੰਮਦ ਜੀ, ਥੈਂਕ ਯੂ ਜੀ, ਥੈਂਕ ਯੂ ਸਾਰਿਆਂ ਦਾ। ਸੋ ਇਹੀ ਅਪਡੇਟ ਦੇਣੀ ਸੀਗੀ ਕਿ ਅੱਜ ਗਾਣਾ ਕਿਸੇ ਵੀ ਟਾਈਮ ਆ ਸਕਦਾ, ਕਿਸੇ ਵੀ ਟਾਈਮ। ਪ੍ਰਸ਼ਾਂਤ ਜੀ, ਕਿੱਦਾਂ ਹਾਲ ਚਾਲ? ਠੀਕ ਠਾਕ ਹੋ ਪ੍ਰਸ਼ਾਂਤ ਜੀ? ਕਿੱਦਾਂ, ਠੀਕ ਹੋ ਜੀ? ਅਸੀਂ ਆਲ ਸੈੱਟ ਹਾਂ ਮਹਾਰਾਜ, ਥੈਂਕ ਯੂ ਜੀ। ਮਨੀ ਮਹਿਤਾ, ਬ੍ਰਦਰ ਆਫ ਅਮਨ ਮਹਿਤਾ, ਉਹ ਵੀ ਬ੍ਰਦਰ, ਠੀਕ ਠਾਕ ਹੋ? ਲਵ ਯੂ ਜੀ, ਲਵ ਯੂ। ਜਗਦੀਪ ਗਿੱਲ ਜੀ, ਬਲੋਰ ਸਾਹਿਬ, ਕਿੱਦਾਂ ਜੀ? ਪ੍ਰਸ਼ਾਂਤ ਜੀ ਕਹਿੰਦੇ ਬੈਸਟ ਆਫ ਲੱਗ ਗਏ ਪੀ ਭਾਅ ਜੀ, ਥੈਂਕ ਯੂ ਜੀ। ਸੋ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਗੱਲ ਇਹ ਆ ਵੀ ਅੱਜ ਗਾਣਾ ਆ ਜਾਣਾ, ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ, ਸਾਰਿਆਂ ਨੇ ਸ਼ੇਅਰ ਕਰਨਾ, ਔਰ ਦੱਬ ਕੇ ਸ਼ੇਅਰ ਕਰਨਾ, ਔਰ ਅੱਗੇ ਸਾਰਿਆਂ ਨੂੰ ਵਟਸਐਪਾਂ ਦੇ ਉੱਤੇ, ਟਵਿੱਟਰਾਂ, ਇੰਸਟਾਗ੍ਰਾਮਾਂ ਉੱਤੇ ਸਭ ਜਗ੍ਹਾ ਭੇਜਣਾ ਤੁਸੀਂ ਗਾਣਾ, ਅਤੇ ਤੁਹਾਡੇ ਨਾਲ ਹੀ ਰੀਚ ਬਣਦੀ ਹੈ ਸਾਡੀ, ਤੁਸੀਂ ਭੇਜੋਗੇ ਤਾਂ ਹੀ ਅੱਗੇ ਪਹੁੰਚੂਗਾ। ਸੋ ਉਮੀਦ ਆ ਤੁਹਾਨੂੰ ਗਾਣਾ ਵਧੀਆ ਲੱਗੂਗਾ, ਔਰ ਫਟਾਫਟ ਹੀ ਫੁੱਲ ਸਪੀਡਾਂ ਦੇ ਉੱਤੇ ਚੀਜ਼ਾਂ ਚੱਕ ਦੇਣੀਆਂ ਨੇ, ਹਨੇਰੀਆਂ ਠਾਲ ਦੇਣੀਆਂ ਨੇ। ਭਾਅ ਜੀ, ਕਿੱਦਾਂ ਹਾਲ ਚਾਲ? ਅੱਛਾ ਅਮਨ ਮਹਿਤਾ, ਥੈਂਕ ਯੂ ਬ੍ਰਦਰ, ਥੈਂਕ ਯੂ। ਹਾਉ ਯੂ ਬ੍ਰਦਰ? ਆਲ ਗੁੱਡ, ਆਲ ਗੁੱਡ ਜੀ। ਈਗਲੀ ਵੇਟਿੰਗ ਫੋਰ ਯੂਅਰ ਮੂਵੀ ਗਗਨਪ੍ਰੀਤ ਜੀ, ਥੈਂਕ ਯੂ ਜੀ, ਥੈਂਕ ਯੂ। ਰਾਨ ਜੀ, ਆਈ ਲਵ ਯੂ ਸੋ ਮੱਚ ਬ੍ਰਦਰ, ਲਵ ਯੂ ਟੂ ਜੀ। ਸੋ ਮੈਂ ਖਾਸ ਕਰਕੇ ਇਸ ਲਈ ਲਾਈਵ ਆਇਆ ਕਿਉਂਕਿ ਗਾਣੇ ਦਾ ਕੋਈ ਟਾਈਮ, ਲਾਈਵ ਮੈਂ ਇਸ ਕਰਕੇ ਆਇਆ ਵੀ ਗਾਣੇ ਦਾ ਕੋਈ ਟਾਈਮ ਨਹੀਂ ਹੈਗਾ, ਗਾਣਾ ਕਿਸੇ ਵੀ ਟਾਈਮ ਆ ਸਕਦਾ। ਸੋ ਜਿਹੜੇ ਸਾਡੇ ਫੈਨ ਨੇ, ਜਿਹੜੇ ਖਾਸ ਕਰਕੇ ਸਾਨੂੰ ਪਿਆਰ ਕਰਦੇ ਨੇ, ਮੇਰੇ ਭਰਾ ਭੈਣ ਜਿਹੜੇ ਸਾਡੇ ਨਾਲ ਜੁੜੇ ਰਹਿੰਦੇ ਨੇ, ਸੋ ਜਦੋਂ ਹੀ ਗਾਣਾ ਆਇਆ ਚੱਕ ਦਿਓ ਫੱਟੇ, ਹਨੇਰੀਆਂ ਠਾਲ ਦਿਓ, ਬਾਕੀ ਸ਼ਾਮ ਨੂੰ ਇੱਕ ਵਾਰੀ ਫਿਰ ਗੱਲਾਂ ਬਾਤਾਂ ਕਰਾਂਗੇ। ਲਵ ਯੂ ਆਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਠੀਕ ਠਾਕ ਹੋ ਜੀ? ਮੈਂ ਹੁਣੇ ਹੁਣੇ ਫੇਸਬੁੱਕ 'ਤੇ ਲਾਈਵ ਹੋਇਆ ਸੀਗਾ, ਅਤੇ ਹੁਣ ਫੇਸਬੁੱਕ ਤੋਂ ਇੱਧਰ ਆਇਆ ਵਾਂ, ਸਿਰਫ ਤੁਹਾਨੂੰ ਅਪਡੇਟ ਦੇਣੀ ਸੀਗੀ ਕਿ ਅੱਜ ਆਪਣਾ ਗਾਣਾ ਆ ਰਿਹਾ ਜੀ, ਮੰਜੇ ਬਿਸਤਰੇ ਦਾ ਟਾਈਟਲ ਟਰੈਕ। ਸੋ ਮੰਜੇ ਬਿਸਤਰੇ ਦਾ ਟਾਈਟਲ ਟਰੈਕ ਹੈ, ਆਪਾਂ ਅੱਜ ਰਿਲੀਜ਼ ਕਰਨਾ। ਸੋ ਰਿਲੀਜ਼ ਕਿਸੇ ਵੀ ਟਾਈਮ ਹੋ ਸਕਦਾ, ਸੋਰੀ ਵਿੱਚ ਮੇਰਾ ਫੋਨ ਰੁਕ ਗਿਆ ਸੀਗਾ ਨੈਟਵਰਕ ਕਰਕੇ। ਸੋ ਰਿਲੀਜ਼ ਕਿਸੇ ਵੀ ਟਾਈਮ ਹੋ ਸਕਦਾ, ਅਤੇ ਜਦੋਂ ਹੀ ਆਇਆ ਪਟਾਕੇ ਪਾ ਦਿਓ, ਸ਼ੇਅਰ ਕਰ ਦਿਓ, ਹਨੇਰੀਆਂ ਠਾਲ ਦਿਓ। ਗਾਣਾ ਨਹੀਂ ਹੈ, ਫਿਲਮ ਦਾ ਮਾਹੌਲ ਹੈ, ਤੁਹਾਨੂੰ ਪਤਾ ਲੱਗੂਗਾ ਕਿ ਫਿਲਮ ਕਿਸ ਟਾਈਪ ਦੀ ਹੈ। ਪੁਰਾਣੀ ਫਿਲਮ ਨੂੰ ਬੜਾ ਪਿਆਰ ਦਿੱਤਾ ਸੀ, ਔਰ ਮੇਰੀ ਕੋਸ਼ਿਸ਼ ਆ ਕਿ ਇਹ ਫਿਲਮ ਆ ਕੇ ਜਿਹੜੀ ਇਹ ਤੁਹਾਨੂੰ ਉਸ ਤੋਂ ਬੈਟਰ ਲੱਗੂਗੀ, ਉਹ ਤੋਂ ਜ਼ਿਆਦਾ ਹਸਾਵਾਂਗੇ, ਉਹ ਤੋਂ ਜ਼ਿਆਦਾ ਫਨ ਕਰਾਵਾਂਗੇ, ਜ਼ਿਆਦਾ ਐਂਟਰਟੇਨ ਕਰਾਵਾਂਗੇ। ਸਾਰੀ ਟੀਮ ਦਾ ਬਹੁਤ ਜ਼ੋਰ ਲੱਗਿਆ ਹੋਇਆ, ਬਾਕੀ ਗਾਣਾ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਵੀ ਫਿਲਮ ਕਿੱਦਾਂ ਦੀ ਹੋਏਗੀ। ਇੱਕ ਹੈਪੀ ਮੂਡ ਦੀ ਫਿਲਮ ਹੈ ਜਿਹੜੀ ਟੈਨਸ਼ਨਾਂ 'ਚੋਂ ਦੂਰ। ਸੋ ਅੱਜ ਕਿਸੇ ਵੀ ਟਾਈਮ ਗਾਣਾ ਆ ਜਾਣਾ, ਸੋ ਫਟਾਫਟ ਉਹਨੂੰ ਤੁਸੀਂ ਸ਼ੇਅਰ ਕਰਨਾ, ਸਪੋਰਟ ਕਰਨੀ ਹੈ, ਕਿਉਂਕਿ ਤੁਹਾਡੇ ਨਾਲ ਹੀ ਗੱਲ ਬਣਨੀ ਹੈ, ਉਦਾਂ ਨਹੀਂ ਗੱਲ ਬਣਦੀ ਹੈਗੀ, ਕਿਉਂਕਿ ਤੁਸੀਂ ਉਹ ਫਿਲਮ ਦੇਖਣੀ ਹੁੰਦੀ ਹੈ, ਤੁਸੀਂ ਉਹ ਚੀਜ਼ਾਂ ਸ਼ੇਅਰ ਕਰਨੀਆਂ ਹੁੰਦੀਆਂ ਨੇ, ਹਨੇਰੀਆਂ ਠਾਲ ਦਿਓ ਜੀ। ਸੋ ਥੈਂਕ ਯੂ, ਮਿਹਰਬਾਨੀ, ਐਂਡ ਲਵ ਯੂ ਆਲ। ਸ਼ਾਮੀ ਇੱਕ ਵਾਰੀ ਫਿਰ ਗੱਲ ਕਰਾਂਗੇ, ਫਿਰ ਦੱਸਿਓ ਵੀ ਗਾਣਾ